ਸਾਲ 2018 ਦੇ ਵਿੱਚ ਮੁਕੱਦਮਾ ਦਰਜ ਹੋਇਆ ਸੀ NDPS ਐਕਟ ਦਾ। ਦੋ ਉਹਦੇ 'ਚ ਹੈਗੇ ਸੀ ਮੀਆਂ ਬੀਬੀ ਸੀ, ਇਹ ਮੌਕੇ 'ਤੇ ਭੱਜ ਗਿਆ ਸੀ ਉਦੋਂ, ਅਤੇ ਇਹਦੀ ਮਿਸਜ ਦਾ ਨਾਂ ਚੰਚਲ ਹੈ, ਉਹ ਕਾਬੂ ਆ ਗਈ ਸੀ। ਇਹਦੇ ਕੋਲ ਇਹ ਉਦੋਂ ਸੁੱਟ ਕੇ ਭੱਜ ਗਿਆ ਸੀ, 5000 ਕੈਪਸੂਲ ਸੀ ਇਹਦੇ ਕੋਲ ਪਾਰਮਨ ਸਪਾਸ ਦੇ। ਅਤੇ ਕੱਲ੍ਹ ਅਸੀਂ ਖਲੋਤੇ ਮੁਸਲਗੰਜ ਚੌਂਕ ਦੇ ਵਿੱਚ ਸਮੇਤ ਪੁਲਿਸ ਪਾਰਟੀ, ਅਤੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਵੀ ਤੁਹਾਡਾ ਦੋਸ਼ੀ ਜਿਹੜਾ ਮੁਕੱਦਮੇ ਦਾ ਸੰਦੀਪ ਕੁਮਾਰ ਉਰਫ ਮੋਂਟੂ, ਇਹ ਇੱਧਰ ਸੁੰਦਰ ਨਗਰ ਏਰੀਏ ਦੇ ਵਿੱਚ ਘੁੰਮ ਰਿਹਾ, ਜੇ ਤੁਸੀਂ ਜਾਓ ਤਾਂ ਕਾਬੂ ਆ ਸਕਦਾ। ਅਤੇ ਜਦੋਂ ਅਸੀਂ ਉੱਧਰ ਜਾਣ ਤਾਂ ਇੱਕ ਬੰਦਾ ਪੈਦਲ ਆਉਂਦਾ ਦਿਖਾਈ ਦਿੱਤਾ, ਤਾਂ ਉਹ ਪੁਲਿਸ ਪਾਰਟੀ ਨੂੰ ਵੇਖ ਕੇ ਤਾਂ ਭੱਜਣ ਲੱਗਾ, ਅਤੇ ਉਹਨੂੰ ਸਾਥੀ ਕਰਮਚਾਰੀਆਂ ਦੇ ਨਾਲ ਕਾਬੂ ਕਰਕੇ ਨਾ ਪਤਾ ਪੁੱਛਿਆ ਤਾਂ ਦੱਸਿਆ ਉਹਨੇ ਮੇਰਾ ਸੰਦੀਪ ਕੁਮਾਰ ਆ ਜੋ ਮੁਕੱਦਮੇ 'ਚ ਲੜੀਂਦਾ ਸੀ, ਅਤੇ ਉਹਨੂੰ ਗ੍ਰਿਫਤਾਰ ਕਰ ਕੀਤਾ ਗਿਆ। ਇਹਦੇ ਪੁੱਛਗਿੱਛ ਦੱਸਿਆ ਵੀ ਮੇਰੇ 'ਤੇ ਇੱਕ ਪਹਿਲਾਂ ਪਰਚਾ ਦਰਜ ਹੋਇਆ ਸੀ ਆਈ ਏ ਸਟਾਫ ਦੇ ਵਿੱਚ, ਉਹ 'ਚ ਮੈਂ 1 ਮਹੀਨਾ ਜੇਲ੍ਹ 'ਚ ਰਿਹਾ ਸੀ, ਉਸ ਤੋਂ ਇਲਾਵਾ ਹੋਰ ਨਹੀਂ ਕੋਈ ਦਰਜ ਹੋਇਆ। ਉਹ ਇਹਨੇ ਦੱਸਿਆ ਵੀ ਕੋਈ ਸ਼ਹੀਦਾਂ ਲਾਗੇ ਹੈਗਾ ਸੀ ਬੰਦਾ, ਉਹਨੇ ਮੈਨੂੰ ਆਪਣਾ ਐਡਰੈਸ ਨਹੀਂ ਦੱਸਿਆ, ਲੇਕਿਨ ਉਹ ਮੇਰੇ ਕੋਲ ਹੀ ਆ ਜਾਂਦਾ ਸੀ ਜਦੋਂ ਆਉਂਦਾ ਸੀ, ਤਾਂ ਮੈਨੂੰ ਦੇ ਜਾਂਦਾ ਸੀ ਆ ਕੇ। ਆਪਣੇ ਬਾਰੇ ਉਹਨੇ ਕੁਛ ਨਹੀਂ ਦੱਸਿਆ। ਇਹ ਨਾ ਆਟੋ ਚਲਾਉਂਦਾ ਸੀ, ਅਤੇ ਆਟੋ 'ਤੇ ਫਿਰ ਆਉਣ ਜਾਣ ਵਾਲੇ ਜਿਹੜੇ ਹੈਗੇ ਸੀ ਉਹਨਾਂ ਦੇ ਸੰਪਰਕ ਸੀ ਇਹਦੇ ਨਾਲ, ਅਤੇ ਉਹ ਇਹਦੇ ਕੋਲ ਲੈ ਜਾਂਦੇ ਸੀ। ਥਾਣਾ ਏ ਡਿਵੀਜ਼ਨ ਇਹ ਹੈਗਾ ਜੀ ਸੁੰਦਰ ਨਗਰ ਦਾ ਜੀ। ਹਾਂਜੀ 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 ਫਿਰ ਮੈਂ ਜਦੋਂ ਮੈਨੂੰ ਪਤਾ ਲੱਗਾ ਤਾਂ ਫਿਰ ਮੈਂ ਇੰਚਾਰਜ ਸ਼ਿਵਾਲਾ ਚੌਂਕੀ ਨੂੰ ਇਹਦੇ ਨੋਟਸ ਲਿਆਂਦਾ, ਇਹਨਾਂ ਨੇ ਕਰਮਚਾਰੀ ਦੇ ਨਾਲ, ਅਤੇ ਫਿਰ ਅਸੀਂ ਉਹਨੂੰ ਗ੍ਰਿਫਤਾਰ ਕੀਤਾ। ਹੁਣ ਇਹਦਾ ਰਿਮਾਂਡ ਲੈ ਕੇ ਇਹਦੇ ਕੋਲ ਪੁੱਛਗਿੱਛ ਕਰਾਂਗੇ ਵੀ ਇਹ ਕਿਹਦੇ ਕੋਲ ਲੈ ਕੇ ਆਉਂਦਾ ਅਤੇ ਗਾਹਕ ਕਿਹਨੂੰ ਵੇਚਦਾ, ਕੀ ਸਪਲਾਈ ਕਰਦਾ ਹੈ।